ਫੀਅਰਸ ਵੈਲਕਮ ਬੈਕ ਜੀ ਦਰਸਾ ਸਾਡੀ ਅਗਲੀ ਈਮੇਲ ਐਲਏ ਕੈਲੀਫੋਰਨੀਆ ਤੋਂ ਰੋਮੀ ਸਿੰਘ ਸੇਖੂ ਜੀ ਦੀ ਹੈ ਇਹ ਲਿਖਦੇ ਹਨ ਸੇਖੂ ਜੀ ਦੀ ਹੈ ਇਹ ਲਿਖਦੇ ਹਨ ਪਸ਼ੋਰਾ ਸਿੰਘ ਤੇ ਗੁਰਿੰਦਰ ਮਾਨ ਨੇ ਖਰੜਾ ਨੰਬਰ 1245 ਇਸਤੇਮਾਲ ਕੀਤਾ 1545 ਨਹੀਂ ਜਿਵੇਂ ਕਿ ਤੁਸੀਂ ਕਿਹਾ ਛੋਟੀ ਜਹੀ ਗਲਤੀ ਦਾ ਸੁਧਾਰ ਮੈਂ ਤੁਹਾਡੇ ਨਾਲ ਵਿਚਾਰ ਕਰਨੀ ਚਾਹਾਂਗਾ ਕਿਵੇਂ ਸਨਾਤਨੀ Hindu ਧਰਮ ਨੂੰ ਉਦਾਸੀਆਂ ਤੇ ਨਿਰਮਲਿਆਂ ਨੇ ਗੁਰਦੁਆਰਿਆਂ ਵਿੱਚ ਵਾੜਿਆ ਅਤੇ ਕਿਵੇਂ ਸਿੰਘ ਸਭਾ ਲਹਿਰ ਨੇ ਚੈਲੰਜ ਕਰਕੇ ਐਨਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਿਆ ਅੱਜ ਫਿਰ ਸਿੱਖ ਵਿਰੋਧੀ ਤਾਕਤਾਂ ਭਾਰਤ ਅਤੇ ਬਾਹਰਲੇ ਪੱਛਮੀ ਜਗਤ ਵਿੱਚ ਇਸ ਸਨਾਤਨੀ Hindu ਧਰਮ ਨੂੰ ਸਿੱਖੀ ਵਿੱਚ ਮੋੜਕ ਸੋੜ ਰਹੀਆਂ ਹਨ ਇਸ ਦੇ ਲਈ ਯੂਨੀਵਰਸਿਟੀਆਂ ਵਿੱਚ ਦੀਆਂ ਸਿੱਖ ਚੇਅਰਜ਼ ਨੂੰ ਵੀ ਵਧਤਿਆ ਜਾ ਰਿਹਾ ਹੈ ਮੈਂ ਆਸ ਕਰਦਾ ਹਾਂ ਕਿ ਇਸ ਵਿਸ਼ੇ ਤੇ ਤੁਸੀਂ ਟੀਵੀ 84 ਤੇ ਵੀ ਵਿਚਾਰ ਚਰਚਾ ਕਰੋਗੇ ਜੀ ਡਾਕਟਰ ਸਾਹਿਬ ਵੀਰ ਰੋਮੀ ਸਿੱਖੋਂ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਐਲਏ ਕੈਲੀਫੋਰਨੀਆ ਤੋਂ ਲਿਖਿਆ ਜੀ ਇਹ ਅਕਸਰ ਕਾਲ ਕਰਦੇ ਨੇ ਦੀ ਵੀ 84ਵੀਂ ਜਿਹੜਾ ਇਹ ਦੇਖਦੇ ਨੇ ਔਰ ਬਹੁਤ ਵਰੀ ਜਿਹੜਾ ਉਸ ਦਾ ਅਪਲੋਡਡ ਵਰਸ਼ਨ ਹੈ ਉਸ ਨੂੰ ਇਹ ਆਪਣੇ ਫਰੈਂਟ ਸਰਕਲ ਚ ਵੀ ਸਰਕੂਲੇਟ ਕਰਦੇ ਨੇ ਜੀ ਆਪ ਵੀ ਇਹ ਬੜੇ ਸੁਲਝੇ ਹੋਏ ਔਰ ਬੜੇ ਲਗਾਤਾਰਤਾ ਨਾਲ ਜਿਸ ਗੱਲ ਦੇ ਪਿੱਛੇ ਪਏ ਨੇ ਜੀ ਔਰ ਉਹ ਮੁੱਢਲਾ ਵਿਸ਼ਾ ਇਹ ਹੈ ਕਿਵੇਂ ਜਿਹੜਾ ਗੁਰਮਤ ਦਾ ਸਿੱਖੀ ਸਿਧਾਂਤ ਦਾ ਨਿਰੋਲ ਰੂਪ ਹੈ ਜੀ ਉਸ ਨੂੰ ਜਿਹੜੇ ਕੜੀਸਕੇ ਸਨਾਤਨੀ ਪਰ ਬਾਵਾਵਾਂ ਥੱਲੇ ਜੀ ਜਾਂ ਜਿਵੇਂ ਮੈਕਲੌਇਡ ਨੇ ਵੈਸਟਰਨ ਕ੍ਰਾਈਟੇਰੀਆ ਅਪਣਾ ਕੇ ਉਹਨੂੰ ਬਿਲਕੁਲ ਉਸ ਸਾਰੇ ਪਾਰਟ ਨੂੰ ਹੋਰ ਦੀ ਉਹਦੀ ਸ਼ਕਲ ਦੇਣੀ ਚਾਹੀ ਔਰ ਉਹਦੇ ਚੇਲੇ ਅੱਗੋਂ ਮੈਕਲੌਇਡ ਦੇ ਪਸ਼ੋਰਾ ਸਿੰਘ ਗੁਰਿੰਦਰਮਾਨ ਹਰਜੋਤ ਓਬਰਾਏ ਹੁਣ ਨਵੇਂ ਵੀ ਕਈ ਨਿਕੜਾਏ ਨੇ ਜੀ ਜੀ ਇਹ ਸਾਰੇ ਜਿਵੇਂ ਲੱਗੇ ਹੋਏ ਨੇ ਚੇਅਰਸ ਦੇ ਹਵਾਲੇ ਨਾਲ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ ਵਾਲੇ ਇਸ਼ਾਰੇ ਸੋ ਇਹ ਇੱਕ ਬੜੀ ਅੱਛੀ ਟੀਮ ਹੈ ਜੀ ਡਾਕਟਰ ਜਸਪੀਰ ਸਿੰਘ ਮਾਨ ਜਿਦਣਾ ਨੇ ਕਾਫੀ ਲੰਬੇ ਵਕਤ ਤੋਂ ਇਸ ਕਿਤੇ ਨੂੰ ਹੀ ਚੁਣਿਆ ਕਿਤਾ ਤੋਂ ਉਹਨਾਂ ਦਾ ਆਰਥੋਪੈਡਿਕ ਸਰਜਨ ਨੇ ਪਰ ਪੰਥਕ ਪੇਟ ਦੇ ਵਿੱਚ ਉਹਨਾਂ ਨੇ ਇਸ ਖੇਤਰ ਨੂੰ ਚੁਣਿਆ ਕਿ ਅਕਾਡੈਮਿਕਸ ਦੇ ਵਿੱਚ ਜਿਹੜੀ ਰੜਾ ਕਰਕੇ ਸਿੱਖੀ ਦੇ ਸਾਰੇ ਮੁੱਢਲੇ ਸਰੂਪ ਨੂੰ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਉਹਨੂੰ ਕਿਵੇਂ ਯੂਨੀਵਰਸਿਟੀਆਂ ਦੇ ਵਿੱਚ ਚੈਲੰਜ ਕੀਤਾ ਜਾਏ ਬਹੁਤ ਸਾਰਾ ਲਿਟਰੇਚਰ ਵੀ ਇਹਨਾਂ ਨੇ ਫਰੀ ਆਫ ਕਾਸਟ ਆਪਣੇ ਕੋਲੋਂ ਪੈਸੇ ਖਰਚ ਕੇ ਵੰਡਦੇ ਰਹੇ ਨੇ ਮੇਰੇ ਕੋਲ ਵੀ ਅੱਜ ਵੀ ਬਹੁਤ ਸਾਰਾ ਜਿਹੜਾ ਉਸ ਪੀਰੀਅਡ ਤੋਂ ਲੈ ਕੇ ਹੁਣ ਤੱਕ ਜੋ ਇਹਨਾਂ ਦੇ ਰਿਸਰਚ ਵਰਕ ਨੇ ਉਹ ਮੈਨੂੰ ਪੁੱਛਦੇ ਰਹਿੰਦੇ ਨੇ ਜੀ ਜੀ ਉਹਦੇ ਵਿੱਚ ਹਾਂ ਇੱਕ ਜਿਹੜੀ ਉਹਨਾਂ ਨੇ ਜਦੋਂ ਅਸੀਂ ਪਿਛਲੀ ਡਿਸਕਸ਼ਨ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਕਿਵੇਂ authenticity ਆਫ ਗੁਰੂ ਗ੍ਰੰਥ ਸਾਹਿਬ ਆ ਬੀੜ ਜਿਹੜੀ ਹੈ ਉਸ ਨੂੰ ਚੈਲੰਜ ਕੀਤਾ ਮੈਕਲੌਇਡ ਨੇ ਜਿਹੜਾ ਇਹਨਾਂ ਦਾ ਗੁਰੂ ਘੰਟਾਲ ਸੀ ਔਰ ਉਹਦੇ ਲਈ ਮੈਂ ਇਹ ਕਿਹਾ ਸੀ ਕਿ ਵੀ ਪਸ਼ੋਰਾ ਸਿੰਘ ਨੇ ਆਪਣੀ ਪੀ ਐਚ ਡੀ ਖਰੜਾ ਨੰਬਰ ਜਿਹੜੀ ਹੈ ਉਹ 1545 ਤੋਂ ਕੀਤੀ ਸੋ ਮੇਰਾ ਸਲਿੱਪ ਆਫ ਟਾਂਗ ਸੀ ਉਹਨਾਂ ਨੇ ਮੈਨੂੰ ਕਰੈਕਟ ਕੀਤਾ ਜੀ ਕਿ ਉਹ ਮੈਨਸਕ੍ਰਿਪਟ ਜਿਹੜੀ ਹੈ ਉਹ 1245 ਸੀ ਸੋ ਇਹਨਾਂ ਦਾ ਸੇਖੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੀ ਮੇਨ ਗੱਲ ਉਹਨਾਂ ਨੇ ਕਹੀ ਔਰ ਮੈਂ ਸਮੀਦਾ ਵੀ ਮੈਂਦ ਨਾਲ ਬਿਲਕੁਲ ਸਹਿਮਤ ਹੈ ਕਿ ਇੱਕ ਜ਼ਮਾਨਾ ਸੀ ਕਿ ਕਿਵੇਂ ਬੇਸ਼ੱਕ ਇਹ ਸਨਾਤਨੀ ਜਿਹੜੀ ਵਿਚਾਰਧਾਰਾ ਹੈ ਜਿਸ ਦੇ ਵਿੱਚ ਉਦਾਸੀ ਨਿਰਮਲਿਆਂ ਤੋਂ ਇਲਾਵਾ ਵੀ ਜਿਹੜੇ ਬ੍ਰਾਹਮਣਵਾਦੀ ਪ੍ਰਭਾਵ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਸੀ ਲਾਹੌਰ ਦਰਬਾਰ ਦੇ ਵਿੱਚ ਸਿੱਖ ਸਰਕਾਰ ਦੇ ਵਿੱਚ ਆ ਗਏ ਸੀ ਜੀ ਉਸ ਦੇ ਵਿੱਚ ਬ੍ਰਾਹਮਣਾ ਨੂੰ ਦਾਨ ਦੇਣਾ ਔਰ ਇਸ ਹੱਦ ਤੱਕ ਸੀ ਕਿ ਜਦੋਂ ਅਖੀਲੇ ਦਿਨਾਂ 'ਚ ਬਿਮਾਰੀ ਦੀ ਹਾਲਤ ਸੀ ਮਹਾਰਾਜਾ ਰਣਜੀਤ ਸਿੰਘ ਤੇ ਉਹ ਸਾਰੇ ਜਿਹੜੇ ਰੜ ਕੇ ਕੋਹੇਨੂਰ ਹੀਰਾ ਜਿਹੜਾ ਅਜ ਇੰਗਲੈਂਡ 'ਤੇ ਹੈ ਉਹ ਜਗਨਨਾਥ ਜਿਹੜਾ ਉਸ ਦੇ ਵਿੱਚ ਪੂਰੀ ਚ ਪਹੁੰਚਾਣਾ ਚਾਹੁੰਦੇ ਸੀ ਜੀ ਔਰ ਬਹੁਤ ਸਾਰਾ ਇਸ ਕਿਸਮ ਦਾ ਕਈ ਵਾਰੀ ਉਹਨੂੰ ਦੇਖ ਕੇ ਮਨ ਨੂੰ ਜਿਹੜਾ ਹੈ ਉਦਾਸੀ ਵੀ ਹੁੰਦੀ ਹੈ ਜੀ ਵੀ ਇੰਨੀ ਮਿਹਨਤ ਤੋਂ ਬਾਅਦ 100 ਸਾਲ ਜਿਹੜਾ ਰਾਜ ਸਟੈਬਲਿਸ਼ ਹੋਇਆ ਉਸ ਦੇ ਵਿੱਚ ਕਿਵੇਂ ਤੇਜ਼ੀ ਦੇ ਨਾਲ ਬ੍ਰਾਹਮਣਿਕਲ ਜੜੀਆਂ ਰਸਮਾਂ ਨੇ ਇਹ ਦਾਖਲ ਹੋਈਆਂ ਔਰ ਉਹਨਾਂ ਨੂੰ ਕਿਉਂ ਉਸ ਪੀਰੀਅਡ ਦੇ ਵਿੱਚ ਇਫੈਕਟਿਵ ਚੈਲੰਜ ਨਹੀਂ ਹੋਇਆ ਜੀ ਫਿਰ 1859 ਚ ਪੰਜਾਬ ਹਿੱਸਾ ਬਣ ਗਿਆ ਅੰਗਰੇਜ਼ੀ ਰਾਜ ਦਾ ਧੋਖੇ ਨਾਲ ਉਹਨਾਂ ਨੇ ਰਾਜ ਖੋਇਆ ਜੀ ਤੇ ਫਿਰ ਜਿੱਥੇ ਉਹਨਾਂ ਨੇ ਆਪਣੇ 크ਿਸਚੀਅਨ ਮਿਸ਼ਨਰੀ ਵਾੜੇ ਕਿਉਂਕਿ ਇਹ ਉਹਨਾਂ ਨੂੰ ਪਤਾ ਹੈ ਕਿ ਜਿਹੜਾ 크ਿਸਚੀਅਨ ਮਜ਼ਹਬ ਹੈ ਜੀ ਉਹ ਇਹਨਾਂ ਦੇ ਸਨਾਤਨੀ ਮਜ਼ਹਬ ਬੁੱਤਪਰਸਤੀ ਦੂਜੇ ਤੀਜੇ ਉਹਦੇ ਨਾਲੋਂ ਤਾਂ ਮੱਚਪੋਰ ਲੌਜਿਕ ਹੈ ਜੀ ਜੀ ਕਿ ਵੀ ਪਹਿਲਾਂ ਤਾਂ ਧੱਕੋ ਸਿੱਖਾਂ ਨੂੰ ਉਹ ਸਨਾਤਨੀ ਵਾਲ ਤੇ ਫਿਰ ਜਦੋਂ ਤੁਸੀਂ ਉਹਨਾਂ ਨੂੰ ਸਿੱਖਾਂ ਨੂੰ ਆਪਣਾ ਸੌਦਾ ਦਿਓਗੇ ਤੇ ਉਹਨਾਂ ਦੀ ਧਾਰਨਾ ਤਾਂ ਸਨਾਤਨੀ ਹੋਏਗੀ ਤੇ ਉਹਨਾਂ ਨੂੰ ਲੱਗੇਗਾ ਵੀ ਇਹ ਮਜ਼ਾ ਬਿਹਤਰ ਹੈ। ਔਰ ਇਹੀ ਕੰਮ ਉਹਨਾਂ ਨੇ ਦਲੀਪ ਸਿੰਘ ਨਾਲ ਕੀਤਾ ਹੈ। ਉਹਦਾ ਉਹਨਾਂ ਨੇ ਪਹਿਲਾਂ ਐਕਸਪੈਰੀਮੈਂਟ ਕਰ ਲਿਆ ਕਿ ਉਹਨਾਂ ਨੇ ਇੱਕ ਬ੍ਰਾਹਮਣ ਜਿਹੜਾ ਕਿ ਕਨਵਰਟ ਹੋਇਆ ਸੀ 크ਿਸਚੀਅਨਿਟੀ ਨੂੰ ਉਹਨੂੰ ਵੀ ਲਾ ਦਿੱਤਾ ਤੇ ਉਹਨੂੰ ਜਿਹੜਾ ਇੰਟਰੋਡਿਊਸ ਕਰਾਇਆ ਦਲੀਪ ਸਿੰਘ ਨੂੰ ਬਚਪਨ ਚ ਉਹ ਨਿਰੋਲ ਖਾਲਸਾਈ ਧਰਮ ਨਹੀਂ ਸੀ ਉਹ ਸਨਾਤਨੀ Hindu ਧਰਮ ਸੀ। ਔਰ ਕੁਝ ਸਾਲਾਂ ਬਾਅਦ 3-4 ਸਾਲ ਬਾਅਦ ਉਹ ਨਹੀਂ ਕਹਿਣਾ ਸ਼ੁਰੂ ਕਰਤਾ ਵੀ ਨਹੀਂ ਇਹ ਤਾਂ ਕੁਝ ਵੀ ਨਹੀਂ ਹੈ ਆ ਜ਼ਿਆਦਾ ਚੰਗੇ ਜੀ ਪਰ ਜਦੋਂ ਉਹਨਾਂ ਦੇ ਹੀ ਆਪਣੇ ਕਜ਼ਨ ਦਲੀਪ ਸਿੰਘ ਦੇ ਠਾਕਰ ਸਿੰਘ ਸੰਧਾ ਵਾਲੀਏ ਜਿਹੜੇ ਨੇ ਉਹ ਇੰਗਲੈਂਡ ਗਏ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਉਹਨਾ ਕੋਲ ਲੈ ਕੇ ਗਏ ਦਲੀਪ ਸਿੰਘ ਦੇ ਨਾਲ ਰਾਫਤਾ ਹੋਇਆ ਔਰ ਉਹਨੂੰ ਦੱਸਿਆ ਕਿ ਭਾਈ ਇਹ ਤੇਰਾ ਧਰਮ ਨਹੀਂ ਸੀ ਸਿੱਖੀ ਤਾਂ ਆਏ ਜੀ ਜੀ ਉਦੋਂ ਉਹਨੇ ਉਹਨਾਂ ਨੇ ਆਪਣਾ ਜਿਹੜਾ ਮਨ ਵੀ ਬਦਲਿਆ ਔਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਹਜ਼ੂਰ ਸਾਹਿਬ ਆ ਕੇ ਅਮਰਤ ਪਾਨ ਕਰਨਾ ਚਾਹੁੰਦਾ ਹੈ ਔਰ ਪੰਥ ਤੋਂ ਉਹਨਾਂ ਨੇ ਮਾਫੀ ਵੀ ਮੰਗੀ ਇਹ ਵੱਖਰੀ ਗੱਲ ਹੈ ਕਿ ਬਾਅਦ ਚੋਂ ਹੀ ਠਾਕੁਰ ਸਿੰਘ ਸੰਧਾ ਵਾਲੀਆ ਉਹ ਜਦੋਂ ਪੁਰਤਗਾਲ ਚਲੇ ਗਏ ਕਿਉਂਕਿ ਉਹ ਪੁਰਤਗਾਲ ਉਸ ਵੇਲੇ ਪੁਰਤਗਾਲ ਨਹੀਂ ਉਹਨਾਂ ਦੀ ਪਾਂਡੀਚੇਰੀ ਪਾਂਡੀਚੇਰੀ ਜਿਹੜੀ ਹੈ ਉਹ ਪੁਰਤਗਾਲੀਆਂ ਦੇ ਕਬਜ਼ੇ ਥੱਲੇ ਸੀ ਉਹਨਾਂ ਦੀ ਟੈਰੀਟਰੀ ਸੀ ਤੇ ਉਹਨਾਂ ਨੇ ਆਜ਼ਾਦੀ ਦੀ ਗੱਲ ਵੀ ਨਾਲ ਸ਼ੁਰੂ ਕੀਤੀ ਤਾਂ ਉਹਨਾਂ ਦੀ ਬੜੀ ਮਿਸਟੀਰੀਅਸ ਸਰਕਮਸਟੈਂਸਿਸ ਡੈਥ ਹੋਈ ਜ਼ਾਹਰ ਹੈ ਵੀ ਬ੍ਰਿਟਿਸ਼ ਇੰਟੈਲੀਜੈਂਸ ਨੇ ਉਹਨਾਂ ਨੂੰ ਪਾਂਡੀਚੇਰੀ ਚ ਮਾਰ ਦਿੱਤਾ ਔਰ ਇਹੀ ਠਾਕੁਰ ਸਿੰਘ ਸੰਧਾ ਵਾਲੀਏ ਸੀ ਜਿਨ੍ਹਾਂ ਨੇ ਮਿਸ਼ਨਰੀਆਂ ਦੀ ਔਰ ਇਸ ਸਨਾਤਨੀ ਜਿਹੜਾ ਜਿਨ੍ਹਾਂ ਨੇ ਕਿ ਫੇਰ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਚ ਲਿਆ ਕੇ ਮੂਰਤੀਆਂ ਰੱਖ ਦਿੱਤੀਆਂ ਉੱਥੇ ਕੋ ਕਥਾ ਹੁੰਦੀ ਸੀ ਕਿਤੇ ਕੁਝ ਹੋਰ ਕੋ ਹਨੂਮਾਨ ਬੈਠਾ ਕਿਤੇ ਕਿਤੇ ਕੋ ਦੇਵੀ ਬੈਠੀ ਹੈ ਬ੍ਰਾਹਮਣ ਬੈਠੇ ਉੱਥੇ ਪੈਸੇ ਵਸੂਲ ਕਰ ਰਹੇ ਨੇ ਸੋ ਇਹਨਾਂ ਨੇ ਹੀ ਠਾਕੁਰ ਸਿੰਘ ਸੰਧਵਾੜੀਏ ਨੇ ਪਹਿਲੀ ਸਿੰਘ ਸਭਾ ਅੰਮ੍ਰਿਤਸਰ ਸ਼ਾਇਦ 1872 ਦਾ ਸਾਲ ਹੈ ਸ਼ਤ ਸਾਲ ਅੱਗੇ ਪਿੱਛੇ ਵੀ ਹੋਏ ਉਹਨਾਂ ਨੇ ਫਾਊਂਡ ਕੀਤੀ ਸੀ ਸੋ ਜ਼ਾਹਰ ਹੈ ਵੀ ਇਹ ਜਿਹੜੇ ਔਰ ਸਰਕਾਰ ਨੇ ਅੰਗਰੇਜ਼ਾਂ ਨੇ ਕੀ ਕੀਤਾ ਵੀ ਕਿਉਂਕਿ ਸਿੱਖ ਰਾਜ ਦੇ ਵੇਲੇ ਵੀ ਗੁਰਦੁਆਰੇ ਉਦਾਸੀਆਂ ਤੇ ਨਿਰਮਲਿਆਂ ਕੋਲ ਸੀ ਉਹਨਾਂ ਨੇ ਕਾਨੂੰਨ ਬਣਾ ਕੇ ਉਹਨਾਂ ਦੀ ਪੱਕੀ ਪਰਮਨੈਂਟ ਪਰਸਨਲ ਪ੍ਰਾਪਰਟੀ ਬਣਾ ਦਿੱਤਾ ਹੁਣ ਜਦੋਂ ਅਸੀਂ ਮਹਾਂਤ ਨਾਰੈਣੂ ਤੇ ਦੂਜੇ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ ਇਸ ਲਈ ਕਿ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਗੁਰਦੁਆਰਿਆਂ ਦੀ ਜਾਇਦਾਦ ਪਰਸਨਲ ਤੇ ਉਹਦੇ ਮਾਲਕ ਉਦਾਸੀ ਤੇ ਨਿਰਮਲੇ ਤੇ ਉਹਨਾਂ ਨੇ ਸਾਰੀਆਂ ਸਨਾਤਨੀ ਰਸਮਾਂ ਲਿਆ ਕੇ ਬਾੜ ਦੁੱਤੀਆਂ ਜੀ ਸੋ ਅਕਾਲੀ ਮੂਵਮੈਂਟ ਇੱਕ ਗਲੋਰੀਅਸ ਹਿਸਟਰੀ ਸੀ ਪੰਥ ਹੈ ਸਿੱਖਾਂ ਦੀ ਸਿੰਘ ਸਭਾ ਮੂਵਮੈਂਟ ਤੋਂ ਬਾਅਦ ਪਰ ਜਿੱਥੇ ਕਾਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਲੋਤੀ 1925 ਗੁਰਦੁਆਰਾ ਐਕਟ ਬਣਨ ਤੋਂ ਬਾਅਦ ਕੁਝ ਸਾਲ ਚੰਗੇ ਰਹੇ ਥੋੜੇ ਬਹੁਤ ਇੰਟਰਨਲ ਰਿਫਾਰਮ ਵੀ ਹੋਏ ਅੱਜ ਸਾਰੇ ਦਾ ਸਾਰਾ ਬਾਦਲ ਅਕਾਲੀ ਦਲ ਸਾਰੇ ਦਾ ਸਾਰੀ ਸ਼੍ਰੋਮਣੀ ਕਮੇਟੀ ਵਾਪਸ 1920 ਪੋਜੀਸ਼ਨ ਚ ਲਿਜਾ ਰਹੇ ਨੇ ਕਿ ਉਹੀ ਸਨਾਤਨੀ ਰਸਮਾਂ ਆ ਪਿੱਛੇ ਜਿਹੜਾ ਉਹ ਕੁੰਮਣਾਂ ਚੱਲੇ ਸੀ ਜੀ ਉਹਨਾਂ ਦਾ ਡੈਲੀਗੇਸ਼ਨ ਆਨੰਦਪੁਰ ਸਾਹਿਬ ਨੈਣਾ ਦੇਵੀ ਰੂਪਵੇ ਪ੍ਰੋਜੈਕਟ ਦੇ ਥੱਲੇ ਜਿਹੜਾ ਆਨੰਦਪੁਰ ਸਾਹਿਬ ਸਿੱਖ ਜਾਏ ਜਾ ਕੇ ਨਾਣਾ ਦੇਵੀ ਦੇ ਵੀ ਸੰਦੂਰ ਆਪਣੇ ਸਿਰ 'ਚ ਪਵਾਏ ਜਾ ਕੇ ਇਹ ਵੀ ਉਹਦੇ ਨਾਲ ਜੋੜ ਦਿੱਤੇ ਔਰ ਜਿਸ ਤਰੀਕੇ ਨਾਲ ਅੱਜ ਹਵਨ ਔਰ ਜਗਰਾਤਰੇ ਔਰ ਜਗਰਾਤੇ ਔਰ ਦੂਜਾ ਤੀਜਾ ਇਹ ਸਾਰੇ ਕੰਮ ਨਰਿੰਦਰ ਮੋਦੀ ਦੀ ਚੜ੍ਹਦੀ ਕਲਾ ਦੀ ਅਰਦਾਸ ਲੰਮੀ ਉਮਰ ਦੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ 'ਚ ਹੋ ਰਹੀ ਹੈ ਜੀ ਸੋ ਇਹ ਜਿਹੜਾ ਉਹਨਾਂ ਦਾ ਕੰਸਰਨ ਹੈ ਕਿ ਵੀ ਇੱਕ ਪਾਸੇ ਇਹਦੀ ਰਿਵਾਈਵਲ ਕਰ ਰਹੇ ਨੇ ਉਹੀ ਇੰਟਰਸਟ ਹਿੰਦੂ ਤੋਂ ਵੀ ਜੀ ਦੂਜੇ ਪਾਸੇ ਬਾਰਲਦੇਸ਼ਾਂ 'ਚ ਵੀ ਚੇਅਰਜ਼ ਦੇ ਉੱਤੇ ਤਾਂ ਪਹਿਲਾਂ ਹੀ ਬੈਠੇ ਸੀ ਕੁਝ ਹੋਰ ਡਿਵੈਲਪਮੈਂਟਸ ਵੀ ਸਾਹਮਣੇ ਆ ਰਹੀਆਂ ਨੇ ਜਿਹਦੇ ਥੱਲੇ ਨਾਨ ਹਿੰਦੂਤਵਾ ਫਰੰਟ ਦੇ ਥੱਲੇ ਵੀ ਹਿੰਦੂਤਵੀ ਐਲੀਮੈਂਟ ਵੜੇ ਹੋਏ ਨੇ ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਅੱਜ ਜਿਵੇਂ ਸਿੰਘ ਸਭਾ ਲਹਿਰ ਨੇ ਉਸ ਪੀਰੀਅਡ 'ਚ ਸਨਾਤਨੀ ਔਰ ਇਹ ਜਿਹੜੇ ਵੈਸਟਰਨ 크ਰਿਸਚੀਅਨ ਪ੍ਰਭਾਵ ਸੀ ਇਹਨਾਂ ਨੂੰ ਚੈਲੰਜ ਕਰਕੇ ਨੇ ਰੋਲ ਸਿੱਖੀ ਦੀ ਗੱਲ ਨੂੰ ਅੱਗੇ ਲਿਆਂਦਾ ਅੱਜ ਵੀ ਸਾਨੂੰ ਇਸ ਗੱਲ ਦੀ ਲੋੜ ਹੈ ਵੀ ਅਸੀਂ ਬੜੇ ਵਾਚਫੁਲ ਹੋਈਏ ਕਿ ਕਿਵੇਂ ਹਿੰਦੂਤਵੀ ਐਲੀਮੈਂਟ ਵਧ ਰਹੇ ਨੇ ਯੋਗਾ ਮੈਂ ਕਦੇ ਗੱਲ ਕਰਾਂਗਾ ਇਸ ਬਾਰੇ ਇੱਕ ਦੋ ਈਮੇਲਾਂ ਆਈਆਂ ਨੇ ਪਰ ਮੈਨੂੰ ਇਹ ਵੀ ਥੋੜਾ ਵਕਤ ਡੀਕ ਲਈ ਆ ਜਿਹੜਾ ਇਹਨੂੰ ਪਿਛਲਾ ਅਟੈਕ ਕੀਤਾ ਉਹਨਾਂ ਦੇ ਚੇਲੇ ਮਗਰ ਪਏ ਹੋਏ ਨੇ ਕਿਸੇ ਨੇ ਪਿੱਛੇ ਪੁੱਛਿਆ ਕਿ ਜੀ ਭਜਨ ਯੋਗੀ ਬਾਰੇ ਆਪਣੇ ਵਿਚਾਰ ਦੱਸੋ ਸੋ ਇਹ ਯੋਗਾ ਨੂੰ ਲਿਆ ਕੇ ਸਿੱਖੀ ਚ ਵਾੜਨਾ ਫਿਰ ਹਰ ਗੁਰਦੁਆਰਿਆਂ ਦੇ ਵਿੱਚ ਹੁਣ ਯੋਗਾ ਦੇ ਨਾਲ ਕਮਰਾ ਲੱਗਾ ਹੁੰਦਾ ਜੀ ਉੱਥੇ ਅੰਦਰ ਕੀਰਤਨ ਚੱਲ ਰਿਹਾ ਹੁੰਦਾ ਉਹ ਪੁੱਠੇ ਲਟਕ ਰਹੇ ਹੁੰਦੇ ਨੇ ਯੋਗੀ ਬਣੇ ਹੋਏ ਨੇ ਜੀ ਹੁਣ ਇਹ ਜਿਹੜਾ ਇਹ ਪੱਕਾ ਸਨਾਤਨ ਦਾ ਕਦੇ ਦੇਖਿਆ ਕਿਸੇ ਮਸਜਿਦ ਦੇ ਨਾਲ ਯੋਗਾ ਹੋ ਰਿਹਾ ਉਹ ਹੈਲਥ ਹੀ ਨਹੀਂ ਹੈਗੇ ਜੀ ਜੀ ਔਰ ਲੇਕਿਨ ਸ਼ੁਰੂ ਕਰ ਲਿਆ ਇੱਕ ਵਾਰੀ ਵੱਡ ਗਿਆ ਭਜਨ ਯੋਗੀ ਦੇ ਜ਼ਮਾਨੇ ਚ ਆਪਣੇ ਲੋਕਾਂ ਨੂੰ ਉੱਥੇ ਲੀਡਰਾਂ ਨੂੰ ਸੀ ਕਿ ਜੀ ਦੇਖੋ ਸਾਡੇ ਤਾਂ ਆਪਣੇ ਬੱਚੇ ਸਿੱਖ ਨਹੀਂ ਉਹਨੇ ਜਾ ਕੇ ਗੋਰੇ ਸਿੱਖ ਬਣਾਏ ਨੇ ਜੀ ਤੁਸੀਂ ਜਦੋਂ ਇੱਕ ਵਾਰੀ ਸਿਧਾਂਤਕ ਡਿਵੀਏਸ਼ਨ ਕਰ ਲੈਂਦੇ ਹੋ ਸਿਧਾਂਤ ਤੋਂ ਥੋੜਾ ਜਿਹਾ ਹਿਲ ਜਾਂਦੇ ਹੋ ਫਿਰ ਉਹਦਾ ਕੋਈ ਸਟਾਪ ਨਹੀਂ ਔਰ ਅੱਜ ਬਹੁਤ ਸਾਰਾ ਸਾਡ ਸਨਾਤ ਨਹੀਂ ਹੁੰਦਾ ਜਾ ਰਿਹਾ ਸੋ ਵੀਰ ਰੋਮੀ ਸੇਖੋਂ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਇੰਪੋਰਟੈਂਟ ਇਸ਼ੂ ਵੱਲ ਸਾਡਾ ਧਿਆਨ ਦਿਵਾਇਆ ਜੀ ਜੀ ਡਾਕਟਰ ਸਾਹਿਬ ਲੈਣੇ ਆ ਤੇ ਬ੍ਰੇਕ ਵੀਰ ਤੁਸੀਂ ਕਿਤਨੀ ਜਣਾ ਮਿਲਦੇ ਆ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ